ਅਜੇ ਰਿਲੀਜ਼ ਕਰਨ ਬਾਰੇ ਸੋਚਿਆ ਨਹੀਂ ਹੈ। ਤੁਹਾਨੂੰ ਸੁਣਾਉਣ ਲੱਗਾ ਸਭ ਤੋਂ ਪਹਿਲੀ ਵਾਰੀ ਆਰੀ 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 ਕਦੀ ਛੁੱਟੀਆਂ ਨਹੀਂ ਝਾੜੀ ਦੇ ਰਹਿਣਾ ਨਹੀਂ ਹੋਣੇ ਐ ਤਮਾ ਅਜੇ ਜ਼ਿੰਦਗੀ ਚ ਪਹਿਲੀ ਵਾਰੀ ਵੇਖਿਆ ਏਡਾ ਘੱਟ ਬਈ ਸੱਚੀ ਦੱਸ ਹਉ ਅੱਖ ਜਿੱਥੇ ਰੱਖ ਤੱਕਣਾ ਚਾਰ ਲੁੱਕ ਐਟ ਦਿਸ ਬੋਏ ਬੜੀਆਂ ਟਾਰਾਂ ਸ਼ਾਰਾਂ ਗੱਡੀਆਂ ਨੇ। ਲੋ ਜੀ ਅੱਜ ਆਪਾਂ ਚੱਲੇ ਆ ਸ਼ੁਭ ਦੇ ਸ਼ੋਅ ਤੇ। ਉਸ ਤੋਂ ਪਹਿਲਾਂ ਸੀ ਇੱਕ ਬਰਥਡੇ ਪਾਰਟੀ ਤੇ ਵੀ ਜਾਣਾ। ਇੱਕ ਹੋਰ ਗੁੱਡ ਨਿਊਜ਼ ਤੁਹਾਡੇ ਲਈ, ਆਪਾਂ ਇੰਡੀਆ ਦੀ ਟਿਕਟ ਕਰਾਤੀ, ਬਸ ਥੋੜੇ ਦਿਨਾਂ ਚ ਆਪਾਂ ਇੰਡੀਆ ਪਹੁੰਚ ਜਾਣਾ। ਕਰਦੇ ਨੂੰ ਵੀ ਦੇਣੀ ਆ ਪੀਆਰ ਦੀ ਪਾਰਟੀ ਤੇ ਉਰੇ ਵੀ ਪੀਆਰ ਦੀ ਪਾਰਟੀ ਆ ਆਪਣੀ। ਇਸ ਵਾਰੀ ਕੋਈ ਸਰਪ੍ਰਾਈਜ਼ ਨਹੀਂ ਹੈਗਾ, ਹਾਂ ਸਿਰਫ ਦੱਸ ਕੇ ਜਾਣਾ। ਇਸ ਵਾਰੀ ਇੰਡੀਆ ਕੋਈ ਸਰਪ੍ਰਾਈਜ਼, ਕਿਉਂਕਿ ਬਹੁਤ ਹੋ ਗਏ ਸਰਪ੍ਰਾਈਜ਼ਸ ਤੇ ਪਾਪਾ ਦਾ ਵੀ ਹੁਣੇ ਆਪਰੇਟ ਹੋ ਕੇ ਹਟਿਆ ਤਾਂ ਸਾਨੂੰ ਐਂ ਸੀਗਾ ਅਸੀਂ ਉਹਨਾਂ ਨੂੰ ਵੀ ਮਿਲ ਲਈਏ, ਤਾਂ ਇਸ ਕਰਕੇ ਅਸੀਂ ਨਹੀਂ ਤਾਂ ਅਸੀਂ ਇਹ ਸਾਲ ਦੇ ਐਂਡ ਤੇ ਜਾਣ ਦਾ ਸੋਚ ਰਹੇ ਸੀ, ਪਰ ਅਸੀਂ ਹੁਣ ਇਮੀਡੀਏਟਲੀ ਟਿਕਟਸ ਕਰਾਈਆਂ ਨੇ। ਜਿਹਦਾ ਕੰਸਰਟ ਹੁੰਦਾ ਉਦਾਂ ਦੀ ਵਾਈਬ ਜੀ ਲੈ ਕੇ ਚੱਲਦੇ ਹੈ। ਉਦਣ ਕੁੜਤਾ ਉਦਣ ਐ ਕੁੜਤਾ ਪਜਾਮਾ ਪਾ ਕੇ ਐ ਸੂਫੀ ਬਣ ਕੇ ਤੇ ਅੱਜ ਐ ਡੋਪ ਸ਼ੋਪ ਬਣ ਕੇ। ਤੇ ਬਾਕੀ ਗਾਇਸ ਇੱਕ ਗੱਲ ਹੋਰ, ਕਈਆਂ ਦੇ ਕੰਸਰਨ ਸੀਗੇ, ਉਹ ਕਹਿੰਦੇ ਵੀ ਤੁਸੀਂ ਜਿਵੇਂ ਹੈ ਨਾ ਆਪਣੀ ਫੈਮਿਲੀ ਸਪੌਂਸਰ ਲਿਆ ਸੀਗਾ ਪਰਥ ਦੇ ਵਿੱਚੋਂ, ਵੀ ਤੁਸੀਂ ਰਹਿ ਮੈਲਬਨ ਰਹੇ ਸੀ, ਸੋ ਅਸੀਂ ਮੈਲਬਨ ਦੇ ਰੀਜਨਲ ਏਰੀਆ 'ਚ ਰਹਿ ਰਹੇ ਸੀਗੇ। ਤੁਸੀਂ 491 ਤੁਹਾਨੂੰ ਇੱਕ ਵਾਰ ਮਿਲ ਗਿਆ ਨਾ, ਤੁਸੀਂ ਆਸਟ੍ਰੇਲੀਆ ਵਾਈਡ ਕਿਤੇ ਮਰਜ਼ੀ ਕਿਸੇ ਮਰਜ਼ੀ ਰੀਜਨਲ ਏਰੀਆ 'ਚ ਰਹਿ ਸਕਦੇ, ਪਰ ਹੁਣ ਰੀਜਨਲ 'ਚ ਚਾਹੀਦੇ, ਕੰਮ ਵੀ ਤੁਹਾਡਾ ਰੀਜਨਲ ਏਰੀਆ 'ਚ ਹੋਣਾ ਚਾਹੀਦਾ। ਤੇ ਮੈਲਬਨ ਦੇ ਤਾਂ ਆਲਰੇਡੀ ਨੇੜੇ ਤੇੜੇ ਬਹੁਤ ਰੀਜਨਲ ਸਬਰਬ ਹੈਗੇ, ਬਹੁਤ ਜ਼ਿਆਦਾ, ਤੁਸੀਂ ਚੈੱਕਆਊਟ ਕਰ ਸਕਦੇ ਹੋ। ਮੈਂ ਆਹ ਵਾਲਾ ਸੂਟ ਪਾਇਆ ਤੇ ਦੁਪੱਟਾ ਇਹਦੇ ਨਾਲ, ਮੈਂ ਨਾ ਐਂ ਹੁੰਦਾ ਕਿ ਮੈਂ ਸੂਟ ਮਿਕਸ ਐਂਡ ਮੈਚ ਬਹੁਤ ਜ਼ਿਆਦਾ ਕਰਦੀ ਹਾਂ। ਮੈਨੂੰ ਐਂ ਹੁੰਦਾ ਕਿ ਜੇ ਮੈਂ ਹੁਣ ਇਹ ਸਿਰਫ ਮੈਂ ਇੱਕ ਵਾਰੀ ਪਾਇਆ ਸ਼ੂਟ ਦੇ ਲਈ ਪਾਇਆ ਸੀਗਾ ਨਾ 2 ਘੰਟਿਆਂ ਲਈ, ਪਰ ਮੈਨੂੰ ਐਵੇਂ ਆ ਕਿ ਨਹੀਂ ਐਵੇਂ ਪਿਆ ਪਿਆ ਵੇਸਟ ਨਹੀਂ ਕਰਨਾ, ਕੁਛ ਨਹੀਂ ਹੁੰਦਾ, ਦੁਬਾਰੇ ਸੂਟਸ ਆਪਣੇ ਪਾਇਆ ਕਰੋ, ਕਿਉਂਕਿ ਐਵੇਂ ਨਹੀਂ ਹੁੰਦਾ ਕਿ ਹਰ ਵਾਰੀ ਹਰ ਓਕੇਜਨ 'ਤੇ ਆਪਾਂ ਨੂੰ ਨਵਾਂ ਆਊਟਫਿਟ ਹੀ ਚਾਹੀਦਾ ਆ। ਇਹ ਨਵਾਂ ਵਰਗ ਹੀ ਆ, ਵੈਸੇ ਮੈਂ 2 ਘੰਟੇ ਹੀ ਪਾਇਆ ਹੋਇਆ ਸ਼ੂਟ ਵੇਲੇ, ਤੇ ਇਹਦੇ ਨਾਲ ਮੈਂ ਦੁਪੱਟਾ ਚੇਂਜ ਕੀਤਾ, ਦੁਪੱਟਾ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿਹੜਾ ਆ, ਬਟ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗਦਾ ਨਾ ਇਹ ਸੂਟ, ਇੰਨਾ ਲਾਈਕ ਸਿੰਪਲ ਸੋਬਰ ਜਾਇਆ, ਪੁਰਾਣੇ ਸਟਾਈਲ ਵਾਂਗੂ ਨਾ ਛੋਟੇ ਚੌਕ ਰੱਖ ਕੇ ਬਣਵਾਇਆ ਸੀਗਾ, ਅਤੇ ਉਹੀ ਛੋਟਾ ਗਲਾ, ਛੋਟੇ ਗਲੇ ਬਹੁਤ ਜ਼ਿਆਦਾ ਕੰਫਰਟੇਬਲ ਹੁੰਦੇ ਨੇ, ਅਤੇ ਇੱਦਾਂ ਬਣਵਾਇਆ ਸੀਗਾ। ਅਤੇ ਹੁਣ ਮੈਂ ਫਟਾਫਟ ਆਪਣਾ ਮੇਕਅਪ ਕਰਨਾ ਆ, ਰੈਡੀ ਹੋਣਾ, ਤੇ ਫਿਰ ਫਾਈਨਲ ਲੁੱਕ ਤੁਹਾਨੂੰ ਦਿਖਾਉਂਦੇ ਹਾਂ। ਹੋ ਗਈ ਕਿੰਨੂ ਵੀ ਰੈਡੀ, ਪਾਲੀ ਵਿਆਹਲੀ ਜੁੱਤੀ, ਵਿਆਹ ਚ ਤਾਂ ਪਈ ਨਹੀਂ, ਵਿਆਹ ਵਾਲੇ ਨੇ ਦੋ ਲਈਆਂ ਸੀ, ਇੱਕ ਜਿੰਮੀ ਚੂ ਵਾਲੀ, ਕੇ ਵਾਲੀ ਟੈਡ ਵੇਕਰ ਵਾਲੀ। ਇਹ ਪਤਾ ਮੈਂ ਕਿੱਥੋਂ ਇੰਨੀ ਲੱਭੀ ਮਸਾਂ ਜਾ ਕੇ, ਇਹ ਨਾ ਮੇਰੇ ਇੱਕ ਸਾਈਜ਼ ਮੇਰੇ ਪੈਰ ਤੋਂ ਛੋਟਾ, ਤਾਂ ਵੀ ਮੈਂ ਲੈ ਲਈ ਸੀ, ਕਿਉਂਕਿ ਇੱਕੋ ਹੀ ਅਵੇਲੇਬਲ ਸੀਗੀ ਸਾਰੇ ਕਿਤੇ ਪੂਰੇ ਮੈਲਬਨ 'ਚ। ਫਿਰ ਤੈਨੂੰ ਭੀੜੀ ਨਹੀਂ ਲੱਗ ਰਹੀ? ਨਾ ਠੀਕ ਆ, ਔਖੀ ਨਾ ਹੋਈ, ਜਾ ਤਾਂ ਰਹੀ ਆ। ਕੰਸਰਟ 'ਚ ਆਪਾਂ ਜਾਵਾਂਗੇ ਬਾਅਦ 'ਚ, ਪਹਿਲਾਂ ਆਪਾਂ ਚੱਲੀਏ ਬਰਥਡੇ ਪਾਰਟੀ 'ਤੇ। ਸੋ ਜੋਤ ਭਾਅ ਜੀ ਉਹਨਾਂ ਦੇ ਬੇਟੇ ਦੀ ਫਸਟ ਬਰਥਡੇ ਪਾਰਟੀ ਆ, ਉਹਨਾਂ ਦੇ ਛੋਟੇ ਬੇਟੇ ਦਾ ਫਸਟ ਬਰਥਡੇ ਆ ਨਦਰ ਦਾ, ਤੇ ਉੱਥੇ ਆਇਆ ਸੀ। ਇਹਨੂੰ ਲੱਖ ਲੱਖ ਵਧਾਈਆਂ ਬਾਈ ਜਨਮ ਦਿਨ ਦੀਆਂ, ਤੇ ਪਹੁੰਚ ਗਏ ਸੀਗੇ ਪਾਰਟੀ 'ਤੇ ਸਭ ਤੋਂ ਪਹਿਲਾਂ, ਸਾਰੀ ਪਾਰਟੀ ਖਾਲੀ ਆ, ਸਭ ਤੋਂ ਪਹਿਲਾਂ ਪਹੁੰਚ ਗਏ ਸੀ। ਇਹਨੂੰ ਕਿਵੇਂ ਲੱਗ ਰਿਹਾ ਸਭ ਤੋਂ ਪਹਿਲਾਂ ਆ ਕੇ? ਸੀਰੀਅਸਲੀ ਗਾਇਸ, ਅਜੇ ਕੋਈ ਨਹੀਂ ਆਇਆ, ਦੂਜੇ ਥਾਂ ਤੋਂ ਜਾਣਾ, ਨਹੀਂ ਤਾਂ ਸਹੀ ਲਾਈਨ ਤੇ ਆਉਣੇ ਹਾਂ। ਹਾਂ ਇੰਦਰ ਪਨੀਰ ਨਹੀਂ ਖਾਣਾ ਸੀ, ਜੇ ਸੈਲਡ ਹੁੰਦਾ ਮੈਂ ਖਾ ਲੈਂਦਾ, ਹੁਣ ਹੈ ਨਹੀਂ ਸੀ ਨਾ ਸੈਲਡ ਅੱਜ, ਅਜੇ ਤਾਂ ਬਹਾਨੇ ਹੁੰਦੇ ਆ ਬਈ। ਉਹ ਦੇਖ ਕੇ ਖੁਸ਼ ਹੋਇਆ ਮੜਾ ਜੀ, ਕੀ ਹਾਲ? ਨਹੀਂ ਨਹੀਂ ਥੈਂਕ ਯੂ, ਓ ਨੋ ਦਿਖਾਈ
ਸੁੰਡਲਾ ਪਵਾਲੀਆਂ ਬਾਈ ਨੇ ਇਹ ਖੜੀਆਂ ਕਦੋਂ ਕਰ ਰੱਖੀਆਂ ਨੇ ਬਿਠਾ ਥੱਲੇ ਫਰਕ ਨਹੀਂ ਆਇਆ ਇਹਦੇ ਆਲਰੇਡੀ ਘੁੰਗਰਾਲੇ ਸੀਗੇ ਨਹੀਂ ਇਹਨੇ ਅੱਗੇ ਨਹੀਂ ਦਿੱਤੀ ਦੇਖੋ ਤੁਹਾਡੇ ਲਈ ਕੀ ਲੈ ਕੇ ਆਈਆਂ ਕੀ ਲੈ ਕੇ ਚਾਕਲੇਟਸ ਚਲੇ ਦਾ ਖਾਈਏ ਲਓ ਜੀ ਗਾਇਸ ਪਹੁੰਚ ਗਏ ਕਨਸਰਟ ਤੇ ਹੀ ਡੇਢ ਘੰਟਾ ਲੇਟ ਆ ਬਟ ਸਾਨੂੰ ਪਤਾ ਲੱਗਿਆ ਵੀ ਇਹ ਸਟਾਰਟ ਨਹੀਂ ਹੋਇਆ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਏਡਾ ਘੱਟ ਬਈ ਸੱਚੀ ਦੱਸਾਂ ਧੰਨਵਾਦ ਬਈ ਸਾਰੇ ਜਣਿਆਂ ਦਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਟਾਈਮ ਕੱਢ ਕੇ ਇੱਥੇ ਆਏ ਇਕੱਲੇ ਇਕੱਲੇ ਬੰਦੇ ਲਈ ਤੁਹਾਡੇ ਸਾਰਿਆਂ ਦੇ ਕਰ ਦਈਏ ਫਿਰ ਸਟਾਰਟ ਇੱਧਰੋਂ ਦੇ ਰੈਡੀ ਹੋ ਬਾਈ ਤੇ ਉੱਧਰ ਵਾਲੇ ਬਾਈ ਚਲੋ ਬਾਈ ਹੋ ਅੱਖ ਜਿੱਥੇ ਰੱਖਦਾ ਛੱਡੇ ਨਾ ਕੱਖ ਦਾ ਲੰਡੂਆਂ ਦੀ ਕਿੱਕਲੀ ਪਵਾਈ ਰੱਖਦਾ ਨੀ ਮੁਫਤ ਜੇ ਗੱਲ ਦਾ ਇਲਾਜ ਛੱਕਦਾ ਵੈਸੇ ਸਾਡਾ ਇੱਕ ਇੱਕ ਮਿੰਟ ਰੱਖਦਾ ਉਹ ਬਾਉਂਸ ਨਹੀਂ ਉਹ ਹੁੰਦੇ ਮਿੱਤਰਾਂ ਦੇ ਚੈਕਨੀ ਉੱਚੀ ਉੱਚੀ ਸੁਣਦੇ ਆ ਲੱਗੇ ਟੈਕਨੀ ਉਹ ਸ਼ੋਹਾਂ ਬਾਹਰ ਲੱਗੀ ਲੈਣ ਕਰੀ ਚੈਕਨੀ ਜੋਰ ਲਾ ਲਓ ਝੁਕਨੀ ਕਦੇ ਵੀ ਨੈਕਨੀ ਮੈਂ ਕਦੇ ਸੋਚਿਆ ਨੀ ਐਡਾ ਕੱਠ ਵੀ ਕਦੇ ਦੇਖੂੰਗਾ ਜ਼ਿੰਦਗੀ 'ਚ ਪਹਿਲੀ ਵਾਰੀ ਆਇਆ ਭਾਅ ਜੀ ਮੈਂ ਆਸਟ੍ਰੇਲੀਆ ਸੇਰਾ ਕਰਾਤਾ ਨਜ਼ਾਰਾ ਆ ਗਿਆ ਦੇਖੀ ਬਹੁਤ ਬਹੁਤ ਥੈਂਕ ਯੂ ਸਾਰੇ ਜਣਿਆਂ ਦਾ ਆਓ ਚਾਰ ਚੇਂਜ ਨਾਮ ਜਿਵੇਂ ਟ੍ਰੈਂਟ ਨੀ ਵੈਰੀ ਰੱਖੇ ਕਰਕੇ ਗੋਡੇ ਤੇ ਬੈਂਟ ਨੀ ਚੱਕਣੇ ਲਗੇ ਨਾ ਪੱਟੂ ਲਾਉਂਦਾ ਬਿੰਦ ਨੀ ਪਹਿਲੀਆਂ ਤੋਂ ਗੱਭਰੂ ਕਰਾਉਂਦਾ ਐਂਡ ਨੀ ਚੀਜ਼ ਲੈ ਕੇ ਆਇਆ ਤੁਸੀਂ ਸੁਣੀ ਨਹੀਂ ਹੋਣੀ ਅੱਗੇ ਮੈਂ ਕਹਿੰਦੀ ਨਹੀਂ ਬੰਬ ਚੀਜ਼ ਹੀ ਆ ਨਵਾਂ ਗਾਣਾ ਤਿਆਰ ਕੀਤਾ ਗਾਣੇ ਦਾ ਨਾਮ ਹੈ MVP ਅਜੇ ਰਿਲੀਜ਼ ਕਰਨ ਬਾਰੇ ਸੋਚਿਆ ਨਹੀਂ ਹੈ ਤੁਹਾਨੂੰ ਸੁਣਾਉਣ ਲੱਗਾ ਸਭ ਤੋਂ ਪਹਿਲੀ ਵਾਰੀ ਇੰਨੇ ਲੋਕਾਂ ਦੇ ਹੋ ਜੇ ਲੀਕ ਹੋ ਜੇ ਕੋਈ ਗੱਲ ਨਹੀਂ ਕਰ ਦਿਓ ਲੀਕ ਵਧੀਆ ਲੱਗਿਆ ਤਾਂ ਰਿਲੀਜ਼ ਕਰ ਦਾਂਗੇ ਸੁਣ ਕੇ ਦੱਸਿਓ ਫਿਰ ਕਿਵੇਂ ਲਾ ਦੋ ਸਾਰਿਆਂ ਨੂੰ ਵਾਈ ਪਸੰਦ ਆਊਗੀ ਗਾਣੇ ਚੱਲੇ ਗੱਭਰੂ ਦਾ ਨਾਂ ਤੇ ਉਹਦਾ ਨਾਮ ਹੁੰਦੀ ਹੈ ਸਾਰੇ ਸਾਡੇ ਅੱਖਾਂ ਦਿੱਤੀਆਂ ਠੀਕ ਆ ਤੇ
ਵੀ ਨਹੀਂ ਹੋਣ ਦਿੰਦਾ ਵਰਨਾ ਚਲੇ ਗੱਭਰੂ ਦਾ ਨਾਮ ਗੱਭਰੂ ਦਾ ਗੋੜ ਲੱਗਾ ਦੱਬ ਬੰਦੀ ਬੋਰਿਆਂ ਮੈਂ ਕਰਦਾ ਨਹੀਂ ਜੋੜ ਤੋੜ ਮੋੜ ਕੇ ਨਾ ਗੱਲ ਕਰੇ ਮਸਲੇ ਦਾ ਹੱਲ ਤੇ ਤੂਫਾਨ ਦੇ ਨਾ ਠਾਲੇ ਅੱਜ ਜ਼ਿੰਦਗੀ ਤੋਂ ਪਲ ਪਲ ਪਾਲੀ ਉੱਤੇ ਮੋੜ ਦਿਲਾਂ ਵਿੱਚ ਗੋੜ ਲੈ ਕੇ ਫਿਰਦੇ ਨੇ ਗੋੜ ਕੰਮ ਬਾਬੇ ਵੱਲੋਂ ਲੋਟ ਮੁੱਲ ਜੇਬਾਂ ਵਿੱਚ ਨੋਟ ਇੱਥੇ ਦੇਣ ਦਾ ਤਾਂ ਕੰਮ ਕੀ ਹੈ ਕਿਸਮਤ ਦੇ ਚਾਬੀ ਦੇ ਪੌਣੀ ਉੱਤੇ ਧੰਪੀ ਆਰੀ 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 ਕਾਦੀ ਗੁੱਡੀਆਂ ਨੀ ਝਾੜੀ ਦੇਖ ਦੁਨੀਆਂ ਇਹ ਸਾੜੀ ਵੱਜੇ ਪੇਠੇ ਉੱਤੇ ਤਾੜੀ ਨੇ ਕਿੰਨਾ ਕੇ ਜੁੱਤੀ ਦੇ ਥੱਲੇ ਉਹੀ ਥੱਲੇ ਪੰਗ ਬੇਲਰ ਬੋੜ ਥੱਲੇ ਚੱਲੇ ਚੱਲੇ ਨੀ ਗੱਭਰੂ ਦਾ ਨਾਂ ਤੇ ਲਾ 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 ਹੋ ਗਈ ਹਰ ਥਾਂ ਕਿਵੇਂ ਲੱਗਾ ਵੀ ਸਾਰਿਆਂ ਨੂੰ ਕਰਦੀ ਇਟਲੀ ਸ਼ਿੰਦੀ ਬੱਤੀਆਂ ਭਜਾ ਦੇ ਬਾਈ ਲਾਈਟਾਂ ਕਰ ਦੇ ਬੰਦ ਸਾਰੀਆਂ ਜੀ ਨੂੰ ਫਲੈਸ਼ ਲਾਈਟਾਂ ਕਰ ਲਓ ਆਪਣੀਆਂ ਹੋ ਅੱਖਾਂ ਵਿਸਰਮਾ ਕਾਲਾ ਮੂੰਹ ਤੇ ਮੁਸਕਹਾਰਾ ਝੂਠਾ ਕਿੰਨੇ ਪਿੱਛੇ ਲਾਏ ਕਿੰਨੇ ਚਾਹੇ ਗਿਣ ਗਿਣ ਕੇ ਦਿਲ ਤੋੜਦੀ ਜੁੜ ਤੇ ਤੁਹਾਨੂੰ ਰਿਹਾ ਨੀ ਹੋਣੀ ਹੈ ਤਮਾ ਸੋਹਣੀ ਮਾੜੀ ਤੂੰ ਕੀਤੀ ਬੇਹਿਸਾਂ ਸੋਹਣੀ ਹੈ ਮਾੜੀ ਤੂੰ ਕੀਤੀ ਬੇਹਿਸਾਂ ਇੱਦਾਂ ਨੀ ਚੱਲਦੇ ਪਿਆ ਸੋਹਣੀ ਹੈ ਇੱਦਾਂ ਨੀ ਦਿਲ ਤੋੜਦੀ ਜੁੱਟੜਦੀ ਤਾਰੇ ਨੀ ਐਨਕਾਂ ਦੀ ਪਈ ਇਹਨਾਂ ਨੂੰ ਐਨਕਾਂ ਦਵਾਉਣੀਆਂ ਨੇ ਜਵਾਕ ਕਹਿੰਦੇ ਨੇ ਐਨਕਾਂ ਲਾਉਣੀਆਂ ਨਾਜੂ ਵੀ ਕਰਾ ਰਹੀ ਹੈ ਵੀ ਕੋਰੀਅਰ ਨਾਜੂ ਇੱਕੋ ਜਗ੍ਹਾ ਜਾਣੇ ਨੇ ਪੁੱਤ ਇਹ ਇੱਕ ਜਗ੍ਹਾ ਜਾਣੇ ਨੇ ਵੀ ਆ ਸੂਟ ਕਹਿੰਦੇ ਆਹ ਕੁੜਤਾ ਵੀ ਸੋਹਣਾ ਕੁਲੰਦਰ ਹੈ ਨਾ ਹਾਂ ਇਹਦੇ ਨਾਲ ਦਾ ਵੀ ਕੁਛ ਕਿਸੇ ਨੂੰ ਚਾਹੀਦਾ ਹੋਇਆ ਉਹ ਵੀ ਦੱਸ ਦਿਓ ਕਲਰਫੁਲ ਸੀਸੇ ਵਾਲੀ
ਹੈਂ ਬਾਈ ਇਹਦੀਆਂ ਤੀਜੇ ਦਿਨ ਹੈਂ ਰੈੱਡ ਚਾਹੀਦੀ ਆ ਸੈਜੀ ਵਾਸਤੇ ਕਿਹੜੀ ਆ ਕਿਹਦੇ ਵਾਸਤੇ ਸੈਜੀ ਵਾਸਤੇ ਲੈ ਰਹੀ ਆ ਹੁਣ ਅੱਛਾ ਇਹ ਤਾਂ ਬਲੈਕ ਇਹਨੇ ਬਲੂ ਇਹਦਾ ਫੇਵਰਟ ਹੈ ਸੈਜੀ ਦਾ ਹਾਂ ਪਰਪਲ ਚ ਦਿਖਾਇਓ ਸੈਜੀ ਤਾਂ ਕਹਿ ਰਿਹਾ ਸੀਗਾ ਕਲਰਫੁੱਲ ਲੈਣੀ ਹੈ ਮੈਨੂੰ ਪਤਾ ਨਹੀਂ ਤਾਊ ਆਹ ਲੈ ਲਓ ਫਿਰ ਠੀਕ ਹੈ ਤੇਰੀ ਵੀ ਹਵਾ ਖਰਾਬ ਹੋ ਗਈ ਹੁਣ ਇਹ ਕੀ ਕਿਤੋਂ ਨੇ ਮੰਗਾਈ ਉਹ ਦੂਜੀ ਵਧੀਆ ਜਾਦੇ ਜਾਏ ਦੂਜੀ ਵਧੀਆ ਸਕਿੱਟ ਨੂੰ ਨਾ ਵਿੱਚ ਕੇ ਫੋਟੋ ਆ ਮੈਮ ਜੀ ਨੇ ਪਾਉਚ ਵੀ ਪਿੰਕ ਲਿਆ ਬਈ ਕਾ ਕਿਤੂ ਦੀ ਐਨਕ ਲੈ ਲਈ ਅਸੀਂ ਇੱਕ ਸੈਜੀ ਦੀ ਲੈ ਲਈ ਤੂੰ ਵੀ ਦੇਖ ਲੈ ਪਿੰਕ ਚ ਦਿੱਤਾ ਅੰਕਲ ਨੂੰ ਪਤਾ ਹੈ ਨਾ ਵੀ ਗਰਲੀ ਛੇ ਹੁੰਦੇ ਨੇ ਕਿੰਨਾ ਨੂੰ ਸਰਪ੍ਰਾਈਜ਼ ਤਿੰਨਾਂ ਨੂੰ ਸਰਪ੍ਰਾਈਜ਼ ਦੇਂਗੀ ਪਾਪਾ ਦਾ ਬਰਥਡੇ ਗਿਫਟ ਹੈ ਅੱਛਾ ਪਾਪਾ ਵੱਲੋਂ ਹੈ ਪਾਪਾ ਨੂੰ ਤਾਂ ਕੈਟਰਪਿਲਰ ਦਵਾਇਆ ਆਪਣੀ ਨਾਜੂ ਤੈਨੇ ਮੈਮ ਕੀ ਬਾਤ ਹੈ ਦੇਤੀਆਂ ਵੀਰੇ ਨੂੰ ਕਿ ਨਹੀਂ ਇਹ ਕੀ ਹੈ ਇਹ ਟੇਬਲਾਂ ਦੇ ਤਾਂ ਪਹਿਲਾਂ ਨਹੀਂ ਅੰਤ ਤੁਹਾਡੇ ਕੋਲ ਇਹ ਕੌਣ ਦਵਾ ਕੇ ਲਿਆ ਕੀ ਮਿਲੇ ਬੈਗ ਹੈ ਬੈਗ ਲਿਆ ਨਹੀਂ ਹੈ ਬਾਈ ਤੁਹਾਡਾ ਤਾਂ ਕੀ ਸਮਾਨ ਹੈ ਓਕੇ ਮੈਮ ਇਹ ਡਾਇਨਾਸੌਰ ਵਾਲਾ ਲਿਆ ਹੈ ਇੱਕ ਕੈਟਾਗਰੀ ਮੈਨੂੰ ਲੱਗਦਾ ਵੀ ਸਾਲ ਦੋ ਸਾਲਾਂ ਨੂੰ ਜਗ੍ਹਾ ਤਾਂ ਨਹੀਂ ਰਹਿਣੀ ਆਪਣੇ ਘਰੇ ਪੈਣ ਪੂਣ ਨੂੰ ਜਿਹੜੇ ਹਿਸਾਬ ਨਾਲ ਚੀਜ਼ਾਂ ਆ ਰਹੀਆਂ ਨੇ ਠੀਕ ਹੈ ਬਜੈਤਰੀ ਠੀਕ ਹੈ ਤਾਊ ਠੀਕ ਹੈ ਓਡੇ ਓਡੇ ਤਾਂ ਤੁਸੀਂ ਆਪ ਨੀ ਕਿੱਡੇ ਕਿੱਡੇ ਬੈਗ ਲਏ ਕਿੱਥੇ ਜਾਣਾ ਤੁਸੀਂ ਬੱਬੇ ਮਾਰਕੀਟ ਜ਼ੀਰੋ ਜ਼ੀਰੋ ਨਹੀਂ ਹੈਗੀ ਉਹ ਹੈ ਇਹ ਹੈਲੋ ਲਿਖਿਆ ਹੋਇਆ ਹੈਲੋ ਹਾਂ ਡੋਰੀਮੋਨ ਤਾਂ ਠੀਕ ਹੈ ਤਾਊ ਸਹੀ ਗੱਲ ਹੈ ਫਿਰ